ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ। ਓਲੰਪਿਕ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਣ ਵਾਲੇ ਜਿੱਤਣ ਲਈ ਦਿੱਤੇ 1-1 ਕਰੋੜ ਰੁਪਏ। ਅਗਲੀ ਵਾਰ ਹਾਕੀ ਦੇ ਵਿੱਚ ਗੋਲਡ ਮੈਡਲ ਦੀ ਜਿਤਾਈ ਉਮੀਦ। ਆਪ ਸਾਂਸਦ ਹਰਭਜਨ ਸਿੰਘ ਦੇ ਵੱਲੋਂ ਡਾਕਟਰਾਂ ਦੀ ਹੜਤਾਲ ਦਾ ਸਮਰਥਨ। ਕੋਲਕਾਤਾ ਦੀ ਨਿਰਭਿਆ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਚੁੱਕੀ ਮੰਗ। ਕਿਹਾ ਇੱਕ ਹਫ਼ਤੇ ਬਾਅਦ ਵੀ ਨਹੀਂ ਹੋਈ ਠੋਸ ਕਾਰਵਾਈ। ਸੀਐਮ ਮਮਤਾ ਬੈਨਰਜੀ, ਸੀਬੀਆਈ ਤੇ ਆਮ ਲੋਕਾਂ ਦੇ ਨਾਮ ਲਿਖੀ ਓਪਨ ਚਿੱਠੀ। ਤਹਿਸੀਲਦਾਰਾਂ ਨੇ ਵਾਪਸ ਲਈ ਹੜਤਾਲ ਦੀ ਕੌਲ। ਮੰਤਰੀ ਜਿੰਪਾ ਦੇ ਨਾਲ ਮੀਟਿੰਗ ਦੇ ਵਿੱਚ ਬਣੀ ਸਹਿਮਤੀ। ਕੱਲ੍ਹ ਤੋਂ 3 ਦਿਨਾਂ ਦੀ ਹੜਤਾਲ 'ਤੇ ਜਾਣ ਦਾ ਕੀਤਾ ਸੀ ਐਲਾਨ। ਮੁੰਬਈ ਦੀ AC ਲੋਕਲ ਟ੍ਰੇਨ ਦੇ ਵਿੱਚ TTE ਜਸਬੀਰ ਸਿੰਘ ਦੇ ਨਾਲ ਕੁੱਟਮਾਰ। ਇੱਕ ਸ਼ਖਸ ਨੇ ਸਾਥੀਆਂ ਦੇ ਨਾਲ ਮਿਲ ਕੇ ਕੀਤੀ ਕੁੱਟਮਾਰ। ਮੁਲਜ਼ਮਾਂ ਦੇ ਪਾਸ ਟ੍ਰੇਨ 'ਚ ਨਾ ਚੱਲਣ ਕਾਰਨ TTE ਨੇ ਲਗਾਇਆ ਸੀ ਜੁਰਮਾਨਾ। ਘਟਨਾ ਤੋਂ ਬਾਅਦ ਮੁਲਜ਼ਮ ਨੇ TTE ਤੋਂ ਮੰਗੀ ਲਿਖਤੀ ਮਾਫ਼ੀ। ਜਸਬੀਰ ਸਿੰਘ ਨੇ ਚੇਤਾਵਨੀ ਦੇ ਕੇ ਛੱਡਿਆ ਮੁਲਜ਼ਮ। ਮੁੜ ਅਜਿਹਾ ਕਰਨ 'ਤੇ ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਕੀਤੀ ਨਿਖੇਧੀ। ਕਿਹਾ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਮਹਾਰਾਸ਼ਟਰ ਸਰਕਾਰ। ਮੁਲਜ਼ਮਾਂ ਦੇ ਖਿਲਾਫ਼ ਕੀਤੀ ਜਾਵੇ ਬਣਦੀ ਕਾਰਵਾਈ। ਅਕਾਲੀ ਦਲ ਨੇ ਵੀ ਕੀਤੀ ਮੁੰਬਈ ਘਟਨਾ ਦੀ ਨਿਖੇਧੀ। ਸੁਖਬੀਰ ਸਿੰਘ ਬਾਦਲ ਨੇ ਮੁਲਜ਼ਮਾਂ ਦੇ ਖਿਲਾਫ਼ ਮੰਗੀ ਸਖ਼ਤ ਕਾਰਵਾਈ ਤਾਂ ਵਿਕਰਮ ਮਜੀਠੀਆ ਨੇ ਕਿਹਾ ਸਿੱਖਾਂ ਦੀ ਸੁਰੱਖਿਆ ਬਣਾਈ ਜਾਵੇ ਯਕੀਨੀ। ਕੋਲਕਾਤਾ ਦਰਿੰਦਗੀ ਮਾਮਲੇ ਤੋਂ ਬਾਅਦ ਗ੍ਰਹਿ ਮੰਤਰਾਲਾ ਸਖ਼ਤ। ਸੂਬਿਆਂ ਨੂੰ ਹਰ 2 ਘੰਟੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਰਿਪੋਰਟ ਦੇਣ ਦੇ ਆਦੇਸ਼। ਟੈਕਸ ਈਮੇਲ ਜਾਂ ਵਟਸਐਪ ਦੇ ਰਾਹੀਂ ਰਿਪੋਰਟ ਭੇਜਣ ਦੇ ਲਈ ਕਿਹਾ। ਨਿਰਭਿਆ ਦੀ ਮਾਤਾ ਆਸ਼ਾ ਦੇਵੀ ਨੇ ਕੋਲਕਾਤਾ ਕਾਂਡ ਦੀ ਕੀਤੀ ਨਿਖੇਧੀ। ਕਿਹਾ ਮੁਲਜ਼ਮਾਂ ਦੇ ਖਿਲਾਫ਼ ਹੋਵੇ ਸਖ਼ਤ ਕਾਰਵਾਈ। ਔਰਤਾਂ ਦੀ ਸੁਰੱਖਿਆ ਦੇ ਲਈ ਬਣਾਏ ਜਾਣ ਕਾਨੂੰਨ। ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਰੇਪ ਤੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਹਸਪਤਾਲਾਂ ਦੇ ਵਿੱਚ ਵਾਧੂ CCTV ਕੈਮਰਿਆਂ ਦੇ ਨਾਲ ਵਧਾਈ ਗਈ ਸਿਕਿਉਰਿਟੀ। ਐਮਰਜੈਂਸੀ ਵਾਰਡ ਅਤੇ ਲੇਬਰ ਰੂਮ ਦੇ ਵਿੱਚ ਲਗਾਏ ਜਾ ਰਹੇ ਨੇ ਪੈਨਿਕ ਬਟਨ। 31 ਅਗਸਤ ਨੂੰ ਸ਼ੰਭੂ ਬਾਰਡਰ 'ਤੇ ਵੱਡਾ ਇਕੱਠ ਕਰਨਗੇ ਕਿਸਾਨ। ਕਿਸਾਨਾਂ ਦੇ ਧਰਨੇ ਨੂੰ 200 ਦਿਨ ਹੋ ਰਹੇ ਨੇ ਪੂਰੇ। ਹਰਵੰਤ ਸਿੰਘ ਪੰਧੇਰ ਨੇ ਕੀਤਾ ਐਲਾਨ। ਚੰਡੀਗੜ੍ਹ ਸੈਕਟਰ 16 ਦੇ ਹਸਪਤਾਲ ਦੇ ਵਿੱਚ ਕਲੋਰੀਨ ਗੈਸ ਸਿਲੰਡਰ ਹੋਇਆ ਲੀਕ। ਲੋਕਾਂ ਨੂੰ ਸਾਹ ਲੈਣ ਦੇ ਵਿੱਚ ਹੋ ਰਹੀ ਹੈ ਪਰੇਸ਼ਾਨੀ। ਫਾਇਰ ਬ੍ਰਿਗੇਡ ਦੀ ਟੀਮ ਨੇ ਪਾਣੀ ਦਾ ਕੀਤਾ ਛਿੜਕਾਅ। ਮਾਨਸਾ ਦੇ ਕੋਟਲੀ ਪਿੰਡ ਦੇ ਵਿੱਚ 30 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ। 2 ਮੁਲਜ਼ਮਾਂ ਨੇ ਕਰੀਬ 6 ਰਾਊਂਡ ਫਾਇਰ ਕੀਤੇ। ਪਿੰਡ ਦੇ ਬੱਸ ਸਟੈਂਡ ਦੇ ਨੇੜੇ ਹੋਈ ਵਾਰਦਾਤ। ਸ਼ਿਮਲਾ ਦੇ ਮੈਡੀਕਲ ਕਾਲਜ ਦੇ ਵਿੱਚ ਇੱਕ ਨੌਜਵਾਨ ਦੀ ਮੌਤ। ਕੁੜੀਆਂ ਦੇ ਹੋਸਟਲ ਦੀ 4th ਮੰਜ਼ਲ ਤੋਂ ਡਿੱਗ ਕੇ ਗਈ ਜਾਨ। ਪਾਲਮਪੁਰ ਦਾ ਰਹਿਣ ਵਾਲਾ ਸੀ 22 ਸਾਲਾ ਕਰਨ ਪਟਿਆਲ। ਸਮਾਣਾ ਦੇ ਪਿੰਡ ਚੁੱਕੀ ਦੇ ਫਿਜ਼ੀਕਲ ਕਾਲਜ ਦੀਆਂ ਫੀਸਾਂ ਦੇ ਵਿੱਚ ਘਪਲੇ ਦੇ ਇਲਜ਼ਾਮ। ਕਾਲਜ ਦੇ ਅਕਾਊਂਟੈਂਟ ਤੇ ਇੱਕ ਹੋਰ ਸ਼ਖਸ ਤੇ 70 ਲੱਖ ਦਾ ਘਪਲਾ ਕਰਨ ਦੇ ਇਲਜ਼ਾਮ। ਕਾਲਜ ਦੇ ਅਕਾਊਂਟ ਦੀ ਥਾਂ ਆਪਣੇ ਖਾਤਿਆਂ ਦੇ ਵਿੱਚ ਜਮ੍ਹਾਂ ਕੀਤੇ ਪੈਸੇ। ਪੁਲਿਸ ਨੇ ਕਾਲਜ ਦੇ ਕਲਰਕ ਨੂੰ ਕੀਤਾ ਗ੍ਰਿਫਤਾਰ। ਜਲੰਧਰ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ। 1.25 ਕਿਲੋ ਹੈਰੋਇਨ ਤੇ 5.5 ਕਿਲੋ ਅਫੀਮ ਬਰਾਮਦ। ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਤਸਕਰਾਂ ਦੇ ਨਾਲ ਜੁੜੇ ਧਾਰ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਦੇ ਵਿੱਚ BSF ਦਾ ਸਰਚ ਆਪਰੇਸ਼ਨ। ਖੇਤਾਂ ਦੇ ਵਿੱਚ ਬਰਾਮਦ ਕੀਤੀ ਗਈ 1.25 ਕਿਲੋ ਹੈਰੋਇਨ। ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਆਇਆ ਸੀ ਨਸ਼ਾ। ਬਟਾਲਾ ਦੇ ਫਤਿਹਗੜ੍ਹ ਚੂੜੀਆਂ ਦੇ ਵਿੱਚ ਦੁਕਾਨ ਮਾਲਕ ਤੇ ਪਰਿਵਾਰ ਤੇ ਹਮਲਾ। ਦੁਕਾਨ ਤੇ ਡੰਗਾਂ ਸੋਟੀਆਂ ਦੇ ਨਾਲ ਕੀਤਾ ਹਮਲਾ। ਦੁਕਾਨ ਮਾਲਕ ਤੇ ਉਸਦੀ ਮਾਂ ਜ਼ਖਮੀ। ਪੁਲਿਸ ਨੇ 4 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ। ਜਲੰਧਰ 'ਚ ਵਿਕਾਸਪੁਰੀ ਡੰਪ ਦੇ ਨੇੜੇ 2 ਧਿਰਾਂ ਦੇ ਵਿੱਚ ਹੋਈ ਝੜਪ। ਸਰਕਾਰੀ ਕਰਮੀ ਅਤੇ ਰੇਹੜੀ ਚਾਲਕਾਂ ਦੇ ਵਿੱਚ ਹੋਈ ਲੜਾਈ। ਕੂੜਾ ਸੁੱਟਣ ਨੂੰ ਲੈ ਕੇ ਹੋਇਆ ਸੀ ਵਿਵਾਦ। ਬਠਿੰਡਾ ਦੇ SSD ਗਰਲਜ਼ ਕਾਲਜ ਦੇ ਨੇੜਿਓਂ ਪਰਸ ਚੋਰੀ ਕਰਕੇ ਫਰਾਰ ਹੋਏ 2 ਨੌਜਵਾਨਾਂ ਨੂੰ ਲੋਕਾਂ ਨੇ ਕੀਤਾ ਕਾਬੂ। ਦੋਹਾਂ ਦੀ ਕੁੱਟਮਾਰ ਦੇ ਬਾਅਦ ਪੁਲਿਸ ਤੇ ਕੀਤਾ ਗਿਆ ਹਵਾਲੇ। ਦਿੱਲੀ ਦੇ ਆਸ਼ਰਮ ਇਲਾਕੇ ਦੇ ਵਿੱਚ ਮਰਸਡੀਜ਼ ਕਾਰ ਨੇ ਦਰੜਿਆ ਸਾਈਕਲ ਚਾਲਕ। ਸਾਈਕਲਿਸਟ ਦੀ ਮੌਕੇ 'ਤੇ ਹੋਈ ਮੌਤ। ਮਰਸਡੀਜ਼ ਕਾਰ ਚਾਲਕ ਮੌਕੇ 'ਤੇ ਹੋਇਆ ਫਰਾਰ। ਪੁਲਿਸ ਕਰ ਰਹੀ ਹੈ ਭਾਲ।
ਮਸ਼ਹੂਰ ਪੰਜਾਬੀ ਗਾਇਕ ਸਾਰਥੀ ਕੇ ਨੂੰ ਪਿਆ ਦਿਲ ਦਾ ਦੌਰਾ, ਕੈਨੇਡਾ ਦੇ ਮਿਸੀਸਾਗਾ ਦੇ ਹਸਪਤਾਲ ਦੇ ਵਿੱਚ ਚੱਲ ਰਿਹਾ ਇਲਾਜ, ਫੈਨਸ ਵੱਲੋਂ ਸਲਾਮਤੀ ਦੇ ਲਈ ਦੁਆਵਾਂ। ਨਵਾਂਸ਼ਹਿਰ ਦੇ ਵਿੱਚ ਲੋਕ ਮਸਲਿਆਂ ਦੇ ਨਿਪਟਾਰੇ ਦੇ ਲਈ ਬਲਾਚੌਰ ਦੇ ਵਿੱਚ ਥਾਣਾ ਮੁਖੀ ਨੇ ਲਾਇਆ ਲੋਕ ਦਰਬਾਰ, ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਮੌਕੇ 'ਤੇ ਕੀਤਾ ਨਿਪਟਾਰਾ। ਵਿਨੇਸ਼ ਫੋਗਾਟ ਨੇ ਸੰਨਿਆਸ ਵਾਪਸ ਲੈਣ ਦੇ ਦਿੱਤੇ ਸੰਕੇਤ, ਚਰਖੀ ਦਾਦਰੀ ਦੇ ਵਿੱਚ ਵਾਪਸ ਆਉਣ 'ਤੇ ਬੋਲੇ, ਓਲੰਪਿਕ ਮੈਡਲ ਦਾ ਜ਼ਖਮ ਡੂੰਘਾ, ਫਿਲਹਾਲ ਕੁਸ਼ਤੀ ਛੱਡਣ 'ਤੇ ਕੁਝ ਨਹੀਂ ਕਹਿ ਸਕਦੀ, ਲੜਾਈ ਰਹੇਗੀ ਜਾਰੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਵੱਖਰਾ ਅੰਦਾਜ਼, ਹਾਂਸੀ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਜਾ ਕੇ ਬਣਾਈ ਚਾਹ, ਹਿਸਾਰ ਦੇ ਵਿੱਚ ਰੈਲੀ ਕਰਕੇ ਜਾ ਰਹੇ ਸੀ ਰੋਹਤਕ। ਗੜਸ਼ੰਕਰ ਦੇ ਪਿੰਡ ਸ਼ਾਹਪੁਰ ਦੇ ਵਿੱਚ ਡਾਕਟਰ ਅੰਬੇਡਕਰ ਭਵਨ ਦੇ ਵਿੱਚ ਲਗਾਏ ਬੂਟੇ, ਟਰੱਸਟ ਦੇ ਮੈਂਬਰਾਂ ਨੇ ਵੱਖ ਵੱਖ ਕਿਸਮ ਦੇ 150 ਬੂਟੇ ਲਗਾਏ, ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਕੀਤਾ ਉਪਰਾਲਾ। ਸਮਾਣਾ 'ਚ ਰੱਖੜੀ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ, ਰੰਗ ਬਿਰੰਗੀਆਂ ਰੱਖੜੀਆਂ ਦੇ ਨਾਲ ਭਰੀਆਂ ਦੁਕਾਨਾਂ, ਵੱਡੀ ਗਿਣਤੀ ਵਿੱਚ ਖਰੀਦਦਾਰੀ ਕਰ ਰਹੀਆਂ ਨੇ ਔਰਤਾਂ। ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਰੋਕਣ ਵਾਲੇ ਵਾਹਨਾਂ 'ਤੇ ਪੁਲਿਸ ਦੀ ਸਖ਼ਤੀ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ 'ਤੇ ਕੱਟੇ ਗਏ ਚਲਾਨ, ਕਈਆਂ ਨੂੰ ਦਿੱਤੀ ਗਈ ਵਾਰਨਿੰਗ। ਰੁੱਖ ਕਰਾਂਗੇ ਅਗਲੀ ਖਬਰ ਦਾ। ਸੀਐਮ ਮਾਨਦੇ ਵੱਲੋਂ ਪੈਰਿਸ ਓਲੰਪਿਕ ਦੇ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਬਰੌਂਜ ਜਿੱਤਣ ਵਾਲੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ, ਬਾਕੀ ਖਿਡਾਰੀਆਂ ਨੂੰ 15-15 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ। ਹਾਕੀ ਦੇ ਵਿੱਚ ਅਗਲੀ ਵਾਰ ਗੋਲਡ ਦੀ ਉਮੀਦ ਹੈ, ਮੁੱਖ ਮੰਤਰੀ ਮਾਨਦੇ ਵੱਲੋਂ ਇਹ ਵੀ ਉਮੀਦ ਜਿਤਾਈ ਗਿਆ ਕਿ ਅਗਲੀ ਵਾਰ ਹਾਕੀ ਦੇ ਵਿੱਚ ਜਿਹੜਾ ਕਿ ਗੋਲਡ ਮੈਡਲ ਟੀਮ ਜਿੱਤੇਗੀ। ਪੰਜਾਬ ਦੇ ਵਿੱਚ 4 ਦੇਸ਼ਾਂ ਦਾ ਹਾਕੀ ਟੂਰਨਾਮੈਂਟ ਕਰਾਵਾਂਗੇ, ਮੁੱਖ ਮੰਤਰੀ ਮਾਨਦੇ ਵੱਲੋਂ ਇਹ ਵੀ ਵੱਡਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਨਵੰਬਰ ਦਸੰਬਰ ਦੇ ਵਿੱਚ ਟੂਰਨਾਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਹਾਕੀ ਟੂਰਨਾਮੈਂਟ ਦੇ ਲਈ ਇੰਡੀਅਨ ਹਾਕੀ ਫੈਡਰੇਸ਼ਨ ਦੇ ਨਾਲ ਗੱਲ ਕਰਾਂਗੇ। ਮੋਹਾਲੀ ਦੇ ਵਿੱਚ ਇਹ ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ, 28 ਅਗਸਤ ਤੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਹੋਵੇਗੀ। ਮੁੱਖ ਮੰਤਰੀ ਮਾਨ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ। ਤੁਹਾਨੂੰ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਚੈਂਪੀਅਨਸ ਦਾ ਹਾਕੀ ਦੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, 1-1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ, ਕਿਉਂਕਿ ਓਲੰਪਿਕਸ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹਾਕੀ ਟੀਮ ਦਾ, ਬਰੌਂਜ਼ ਮੈਡਲ ਹਾਕੀ ਟੀਮ ਜਿਹੜੇ ਕਿ ਜਿੱਤਣ ਦੇ ਵਿੱਚ ਕਾਮਯਾਬ ਰਹੀ, ਅਤੇ ਇਸ ਤੋਂ ਬਾਅਦ 'ਚ ਇਹਨਾਂ ਦੇ ਸਨਮਾਨ ਵਾਸਤੇ ਅੱਜ ਚੰਡੀਗੜ੍ਹ ਦੇ ਵਿੱਚ ਵਿਸ਼ੇਸ਼ ਸਮਾਗਮ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਗਿਆ, ਜਿੱਥੇ ਕਿ ਇਹਨਾਂ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ, ਅਤੇ ਬਾਕੀ ਖਿਡਾਰੀਆਂ ਨੂੰ 15-15 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ। ਬਾਕੀ ਖਿਡਾਰੀ ਉਹ ਜਿਨ੍ਹਾਂ ਦੇ ਵੱਲੋਂ ਓਲੰਪਿਕਸ ਦੇ ਵਿੱਚ ਹਿੱਸਾ ਲਿਆ ਗਿਆ, ਉਹਨਾਂ ਖਿਡਾਰੀਆਂ ਨੂੰ ਵੀ 15-15 ਲੱਖ ਰੁਪਏ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ। ਅਤੇ ਸਾਡੇ ਕੈਪਟਨ ਸਾਹਿਬ ਨੇ ਸਰਪੰਚ ਕਹਿੰਦੇ ਹਾਂ ਜਿਹਨਾਂ ਨੂੰ ਪਿਆਰ ਨਾਲ, ਅਤੇ ਇਹ ਆਪ ਅੱਗੇ ਲੱਗਦੇ ਆ, ਜੇ ਪੈਨਲਟੀ ਸਟ੍ਰੋਕ ਮਿਲ ਜੇ ਆਮ ਤੌਰ 'ਤੇ ਕਿਸੇ ਹੋਰ ਨੂੰ ਸਟ੍ਰੋਕ ਦਿੱਤਾ ਜਾਂਦਾ, ਕਿ ਇਹਦੇ ਕਰੂਸ਼ਲ ਮੈਚ ਜੇ ਮਿਸ ਹੋ ਗਿਆ ਤਾਂ ਮੈਨੂੰ ਗਾਲਾਂ ਪੈਣਗੀਆਂ ਯਾਰ। ਬਹੁਤ ਸਾਰੀਆਂ ਰੋਨਾਲਡੋ ਦੀਆਂ, ਕ੍ਰਿਸਟੀਨੋ ਰੋਨਾਲਡੋ ਦੀਆਂ ਬਹੁਤ ਸਾਰੀਆਂ ਪੈਨਲਟੀ ਕਰੂਸ਼ਲ ਮੈਚ 'ਚ ਮਿਸ ਹੋਈਆਂ ਨੇ, ਫਿਰ ਉਹ ਪਲੇਅਰ ਦਾ ਉਹ ਰਹਿੰਦਾ ਯਾਰ ਮੈਂ ਕੋਈ ਰਿਸਕ ਲਵਾਂ ਕਿਸੇ ਹੋਰ ਨੂੰ ਕਰਦੇ ਨੇ, ਪਰ ਪੈਨਲਟੀ ਸਟ੍ਰੋਕ ਮਿਲਦਾ ਤਾਂ ਕੈਪਟਨ ਸਾਹਿਬ ਖੁਦ ਸਟ੍ਰੋਕ ਲੈਂਦੇ ਆ। ਜੇ ਪੈਨਲਟੀ ਸ਼ੂਟ ਆਊਟ 'ਚ ਜਾਂਦਾ ਤਾਂ ਪਹਿਲਾ ਜਿਹੜਾ ਪੈਨਲਟੀ ਹੈ ਦੇਸ਼ ਵੱਲੋਂ ਉਹ ਪਹਿਲੀ ਇਹ ਲੈਂਦੇ ਆ। ਸੋ ਇਹ ਹੁੰਦਾ ਕਿ ਮੂਹਰੇ ਲੱਗ ਕੇ ਟੀਮ ਨੂੰ ਕਹਿਣਾ ਆਓ ਆਪਾਂ ਜਿੱਤਣਾ ਜਿੱਤਣਾ। ਸੋ ਇਹ ਜੇ ਲੀਡਿੰਗ ਜਿਹੜੀ ਕੁਆਲਿਟੀ ਹੈ ਇਹ ਬਹੁਤ ਕਮਾਲ ਦੀ ਹੈ। ਔਰ ਦੋ ਤਿੰਨ ਇਸ ਤਰ੍ਹਾਂ ਹੋ ਗਿਆ, ਕੁਦਰਤੀ ਹੋ ਜਾਂਦਾ ਉਹ ਤਾਂ, ਕੋਈ ਉਹਦੇ 'ਚ ਕੋਈ ਕਿਸੇ ਦਾ ਕਸੂਰ ਨਹੀਂ ਹੁੰਦਾ। ਜਦੋਂ ਮੈਂ ਕਪਤਾਨ ਸਾਹਿਬ ਨਾਲ ਗੱਲ ਕੀਤੀ ਸੀ ਉੱਥੇ ਪੈਰਿਸ 'ਚ,
ਉਦੋਂ ਵੀ ਮੈਂ ਇਹੀ ਕਿਹਾ ਸੀਗਾ। ਕਈ ਵਾਰੀ ਪੈਨਲਟੀ ਮਿਲ ਗਈ ਤਾਂ ਉਸ ਟਾਈਮ 'ਤੇ ਹਰਮਨਪ੍ਰੀਤ ਬਾਹਰ ਬੈਠੇ ਹੁੰਦੇ ਸੀ। ਸੋ ਰੂਲ ਹੈ ਹੁਣ ਇਹ, ਪਹਿਲਾਂ ਰੂਲ ਨਹੀਂ ਹੁੰਦਾ ਸੀ। ਪਹਿਲਾਂ ਤਾਂ ਈਅਨ ਬੋਵਲੈਂਡਰ ਹੁੰਦਾ ਸੀ ਹਾਲੈਂਡ ਦਾ, ਇਕੱਲਾ ਪੈਨਲਟੀ ਕੋਰਨਰ ਨਹੀਂ ਲਾਉਂਦਾ ਸੀ। ਜਦੋਂ ਪੈਨਲਟੀ ਕੋਰਨਰ ਮਿਲ ਜਾਂਦਾ ਉਹ ਟੀਮ ਗਰਾਊਂਡ 'ਚ ਆ ਜਾਂਦਾ, ਪੈਨਲਟੀ ਕੋਰਨਰ ਲਾ ਕੇ ਗੋਲ ਕਰਕੇ ਵਾਪਸ ਚਲੇ ਜਾਂਦਾ। ਮਤਲਬ ਉਹ ਬਾਹਰ ਬੈਠੇ ਚਾਰ ਚਾਰ ਗੋਲ ਕਰ ਜਾਂਦਾ ਸੀ, ਖੇਡਦਾ ਤਾਂ ਹੈ ਨਹੀਂ ਸੀ ਉਹ। ਸੋ ਫਿਰ ਰੂਲ ਚੇਂਜ ਹੋਇਆ ਕਿ ਜਿਹੜੇ ਪਲੇਅਰ ਮੌਜੂਦ ਨੇ 11 ਉਹਨਾਂ 'ਚੋਂ ਪੈਨਲਟੀ ਲੱਗੂਗੀ। ਤਾਂ 2-3 ਵਾਰ ਇੱਦਾਂ ਹੋ ਗਿਆ ਕਿ ਹਰਮਨ ਉਸ ਵੇਲੇ ਕੁਦਰਤੀ ਬਾਹਰ ਰੋਟੇਸ਼ਨ 'ਚ ਗਿਆ ਹੋਇਆ ਸੀਗਾ, ਅਤੇ ਉਹ ਸਾਡੇ ਸ਼ਾਇਦ ਹੋਰ ਗੋਲ ਹੋ ਜਾਂਦੇ, ਪਰ 10 ਗੋਲ ਇਕੱਲੇ ਹਰਮਨਪ੍ਰੀਤ ਦੇ ਨੇ ਓਲੰਪਿਕ ਦੇ ਵਿੱਚ। ਪੈਰਿਸ ਓਲੰਪਿਕਸ ਦੇ ਵਿੱਚ ਭਾਰਤ ਦਾ ਅਤੇ ਪੰਜਾਬ ਦਾ ਨਾਮ ਚਮਕਾਉਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਸਰਪੰਚ ਹਰਮਨਪ੍ਰੀਤ ਸਿੰਘ ਹੋਣੀ ਅੱਜ ਮਾਣ ਸਨਮਾਨ ਮਿਲਿਆ ਜਿਸ ਦੇ ਤੁਸੀਂ ਹੱਕਦਾਰ ਸੀ, ਔਰ ਮਾਣ ਸਨਮਾਨ ਦਿਵਾਉਣ ਦੇ ਬਦਲੇ ਮਾਣ ਸਨਮਾਨ ਕਹੂੰਗਾ, ਤੁਸੀਂ ਦੇਸ਼ ਨੂੰ ਪੰਜਾਬ ਨੂੰ ਮਾਣ ਸਨਮਾਨ ਦਿਵਾਇਆ, ਅੱਜ ਤੁਹਾਨੂੰ ਮਿਲਿਆ। ਬਹੁਤ ਵਧੀਆ ਲੱਗ ਰਿਹਾ ਜੀ, ਕਿਸੇ ਵੱਡੇ ਟੂਰਨਾਮੈਂਟ 'ਤੇ ਜਾਣਾ ਅਤੇ ਉੱਥੋਂ ਮੈਡਲ ਲੈ ਕੇ ਆਉਣਾ ਬਹੁਤ ਮਾਣ ਵਾਲੀ ਗੱਲ ਆ, ਸਪੈਸ਼ਲੀ ਹਾਕੀ ਦੀ ਕਿ ਬੈਕ ਟੂ ਬੈਕ ਮੈਡਲ ਆ ਰਹੇ ਆ ਹਾਕੀ ਦੇ ਵਿੱਚ, ਇਹ ਵੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ। ਅਤੇ ਜਦੋਂ ਤੁਸੀਂ ਮੈਡਲ ਜਿੱਤ ਗਿਆ ਉਹਦੇ ਤੁਹਾਨੂੰ ਇੰਨਾ ਪਿਆਰ ਸਤਿਕਾਰ ਅਤੇ ਸਨਮਾਨ ਕੀਤਾ ਜਾਵੇ ਤਾਂ ਉਹ ਵੀ ਬਹੁਤ ਵੱਡੀ ਗੱਲ ਹੈ ਜੀ ਸਾਡੇ ਲਈ। ਅੱਛਾ, ਇਹਨਾਂ ਚੀਜ਼ਾਂ ਦੇ ਲਈ ਬੜਾ ਸੰਘਰਸ਼ ਕਰਨਾ ਪੈਂਦਾ ਜੀ। ਪਹਿਲਾਂ ਤਾਂ ਹਾਲਾਂਕਿ ਹੁਣ ਸਰਕਾਰਾਂ ਦਾਅਵਾ ਕਰਦੀਆਂ ਕਿ ਪਹਿਲਾਂ ਵੀ ਮਦਦ ਆ ਜਿਹੜੀ ਮਿਲਦੀ ਹੈ, ਪਰ ਇੱਕ ਟਾਈਮ ਸੀਗਾ ਕਿ ਜਦੋਂ ਇੱਥੋਂ ਤੀਕਰ ਪਹੁੰਚਣਾ ਹੀ ਇੱਕ ਵੱਡੀ ਚੁਣੌਤੀ ਜਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬੇਸ਼ੱਕ ਅੱਜ ਤੁਸੀਂ ਪਹਿਲਾਂ ਅੱਛੀ ਪੁਜੀਸ਼ਨ 'ਤੇ ਬੈਠੇ ਹੋ, ਪਰ ਫਿਰ ਵੀ ਕਿੰਨੀਆਂ ਕੁ ਚੁਣੌਤੀਆਂ ਨੇ? ਦੇਖੋ ਜੀ, ਚੁਣੌਤੀਆਂ ਹਰ ਇੱਕ ਪਲੇਅਰ ਦੀ ਲਾਈਫ ਦੇ ਵਿੱਚ ਆਉਂਦੀਆਂ, ਬਹੁਤ ਸਟਰਗਲ ਕਰਕੇ ਆਉਂਦਾ। ਜਿਹੜੀਆਂ ਚੀਜ਼ਾਂ ਲੋਕਾਂ ਸਾਹਮਣੇ ਨਹੀਂ ਆਉਂਦੀਆਂ ਉਹ ਇਕੱਲਾ ਫੇਸ ਕਰਦਾ ਅਤੇ ਇਕੱਲਾ ਉਹਨੂੰ ਲਾਲ ਲੈ ਕੇ ਤੁਰਦਾ ਆ। ਬਟ ਹੁਣ ਜਿੱਦਾਂ ਬਹੁਤ ਵਧੀਆ ਉਪਰਾਲਾ, ਬਹੁਤ ਵੱਡੀ ਗੱਲ ਆ ਜੀ ਕਿ ਜਾਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਰਾਸ਼ੀ ਦਿੱਤੀ ਜਾ ਰਹੀ ਹੈ ਕਿ ਤੁਹਾਡੀ ਤਿਆਰੀ ਵਧੀਆ ਰਹੇ, ਜੋ ਤੁਹਾਡੀ ਲੋੜਵੰਦ ਚੀਜ਼ਾਂ ਹੈ ਤੁਸੀਂ ਪੂਰੀਆਂ ਲੈ ਲਓ, ਇਹ ਵੀ ਬਹੁਤ ਬਹੁਤ ਵਧੀਆ ਗੱਲ ਹੈ ਜੀ। ਅੱਛਾ, ਤੁਸੀਂ ਸਰਕਲ ਦੇ ਵਿੱਚ ਤੁਹਾਡੇ ਕੋਲ ਹੋਰ ਛੋਟੇ ਖਿਡਾਰੀ ਵੀ ਆਉਂਦੇ ਹੋਣੇ ਆ, ਹੋਰ ਵੀ ਕੀ ਵਾਕਈ ਕਦੇ ਤੁਹਾਨੂੰ ਇੱਦਾਂ ਦਾ ਚਿਹਰਾ ਇੱਦਾਂ ਦਾ ਖਿਡਾਰੀ ਕਿਤੇ ਨਜ਼ਰ ਆਉਂਦਾ ਕਿ ਤੁਹਾਨੂੰ ਲੱਗਦਾ ਹੋਵੇ ਕਿ ਯਾਰ ਇਸ ਬੱਚੇ 'ਤੇ, ਇਸ ਨੌਜਵਾਨ 'ਤੇ ਅਗਰ ਥੋੜ੍ਹੀ ਜਿਹੀ ਮਿਹਨਤ ਹੋ ਜਾਵੇ ਜਾਂ ਇਹਦੀ ਮਦਦ ਹੋ ਜਾਵੇ ਤਾਂ ਇਹ ਕੁਛ ਨਾ ਕੁਛ ਕਰ ਸਕਦਾ, ਇੱਦਾਂ ਦਾ ਸਪਾਰਕ ਤੁਹਾਨੂੰ ਨਜ਼ਰ ਆਉਂਦਾ? ਬਹੁਤ ਜੀ, ਬਹੁਤ ਬਹੁਤ ਸਾਰੇ ਪਲੇਅਰ ਨੇ ਜੀ, ਅਸੀਂ ਸੋਸ਼ਲੀ ਨਹੀਂ ਕਰੀਦਾ ਇਹ ਚੀਜ਼ਾਂ, ਪਰ ਅਸੀਂ ਜਾਂਦੇ ਰਹੀਦਾ ਜੀ, ਪਲੇਅਰਾਂ ਨੂੰ ਮਿਲਦੇ ਰਹੀਦਾ, ਜੋ ਸਾਡੇ ਕੋਲ ਹੋ ਸਕਦਾ ਅਸੀਂ ਕਰੀਦਾ ਸਭ ਕੁਛ। ਅੱਛਾ, ਸਰਕਾਰ ਦੇ ਨਾਲ ਤਾਲਮੇਲ ਕਰਕੇ, ਕਿਉਂਕਿ ਇੱਕ ਖਿਡਾਰੀ ਦੀ ਤਾਂ ਜਾਨ ਹੀ ਖੇਡਾਂ 'ਚ ਵੱਸਦੀ ਹੈ, ਉਹਨਾਂ ਇਹਨਾਂ ਖੇਡਾਂ ਨੂੰ ਹੋਰ ਪ੍ਰਮੋਟ ਕਰਨ ਦੇ ਲਈ ਜਾਂ ਸਾਡੇ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਹੋਰ ਅੱਗੇ ਲਿਆਉਣ ਦੇ ਲਈ, ਹੱਲਾਸ਼ੇਰੀ ਦੇਣ ਦੇ ਲਈ ਜ਼ਹਿਨ 'ਚ ਚੱਲਦਾ ਕਿ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਵੇ? ਮੁੱਖ ਮੰਤਰੀ ਸਾਹਿਬ ਤਾਂ ਖੁਦ ਜਿੱਦਾਂ ਦਿਲਚਸਪੀ ਤੁਹਾਡਾ ਵਾਹਵਾ ਗੱਲਾਂ ਬਾਤਾਂ ਕਰ ਰਹੇ ਸੀ। ਬਿਲਕੁਲ ਬਿਲਕੁਲ ਜੀ, ਜਿੱਦਾਂ ਉਹਨਾਂ ਨੇ ਜ਼ਿਕਰ ਵੀ ਕਰਤਾ ਹੈ ਜੋ ਉਹਨਾਂ ਦੇ ਪਲੈਨਸ ਨੇ, ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਮੈਚ ਵੀ ਹੋਵੇ ਜੀ, ਇੱਕ ਵਧੀਆ ਹਾਕੀ ਦਾ ਮੈਚ ਹੋਵੇ, ਵਧੀਆ ਟੀਮਸ ਆਉਣ, ਉਹਦੇ ਨਾਲ ਹੋਰ ਪਲੇਅਰ ਜੁੜਨਗੇ ਜੀ, ਹੋਰ ਲੋਕ ਜੁੜਨਗੇ, ਜਿਨ੍ਹਾਂ ਨੂੰ ਇੱਕ ਵਧੀਆ ਮੈਸੇਜ ਜਾਊਗਾ ਜਦੋਂ ਆ ਕੇ ਦੇਖਣਗੇ ਕਿ ਕੀ ਮਾਹੌਲ ਹੁੰਦਾ ਆ, ਕਿੰਨਾ ਜਜ਼ਬਾ ਰਹਿੰਦਾ ਗਰਾਊਂਡ ਦੇ ਵਿੱਚ, ਕਿੰਨੀ ਮਿਹਨਤ ਲੱਗਦੀ ਆ ਜੀ, ਅਤੇ ਫਿਰ ਆਈ ਥਿੰਕ ਇੱਕ ਬਹੁਤ ਵਧੀਆ ਮੈਸੇਜ ਆਉਂਦਾ ਜੀ। ਅੱਛਾ, ਪਿੰਡ ਦੇ ਸਰਪੰਚ 'ਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਪਿੰਡ ਨੂੰ ਸੋਹਣਾ ਬਣਾਉਣਾ, ਪਿੰਡ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ, ਤੁਹਾਨੂੰ ਦੇਸ਼ ਦਾ ਸਰਪੰਚ ਹੁਣ ਤਾਂ ਸਾਰੇ ਕਹਿਣ ਲੱਗ ਗਏ, ਦੇਸ਼ ਦਾ ਸਰਪੰਚ ਬਣਾਤਾ, ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਵੀ ਫਿਰ ਇਸ ਸਰਪੰਚ ਦੀ ਜ਼ਿੰਮੇਵਾਰੀ ਬਣ ਜਾਂਦੀ ਆ, ਤਾਂ ਉਹ ਸਰਪੰਚੀ ਵਾਲਾ ਜਿਹੜਾ ਰੁਤਬਾ ਉਹ ਤੁਹਾਨੂੰ ਪ੍ਰਧਾਨ ਮੰਤਰੀ ਤੱਕ ਕਿਹੜੇ ਦਿੱਤਾ? ਜਦੋਂ ਸਰਪੰਚ ਕਹਿੰਦਾ ਹਰ ਕੋਈ, ਉਦੋਂ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ, ਕੀ ਕੁਝ ਜ਼ਹਿਨ ਦੇ ਵਿੱਚ ਚੱਲਦਾ? ਜੀ ਬਿਲਕੁਲ, ਆਈ ਥਿੰਕ ਇਹ ਨਾਮ ਤਾਂ ਮਿਲਿਆ ਕਿ ਮੈਨੂੰ ਹਾਕੀ ਤੋਂ ਨਾਮ ਮਿਲਿਆ ਜੀ, ਅਤੇ ਹਾਕੀ ਤੋਂ ਨਾਮ ਮਿਲਣਾ ਬਹੁਤ ਵੱਡੀ ਗੱਲ ਆ ਮੇਰੇ ਲਈ ਵੀ, ਅਤੇ ਬਿਲਕੁਲ ਮੇਰੀ ਵੀ ਇਹੀ ਕੋਸ਼ਿਸ਼ ਰਹਿੰਦੀ ਆ ਕਿ ਮੈਂ
ਖਾਸ ਕਰ ਪਹਿਲਾਂ ਆਪਣੇ 'ਤੇ ਧਿਆਨ ਦੇਵਾਂ, ਆਪਣਾ ਬੈਸਟ ਕਰਾਂ ਜੀ, ਕਿਉਂਕਿ ਜਿਹੜੇ ਲੋਕ ਮੈਨੂੰ ਜਿਹੜੇ ਯੰਗਸਟਰਸ ਮੈਨੂੰ ਦੇਖ ਰਹੇ ਨੇ, ਮੈਨੂੰ ਫੋਲੋ ਕਰ ਰਹੇ ਨੇ, ਤਾਂ ਮੈਂ ਉਹਨਾਂ ਨੂੰ ਇੱਕ ਵਧੀਆ ਵਧੀਆ ਮੈਸੇਜ ਦੇ ਸਕਾਂ ਕਿ ਇੱਕ ਐਗਜ਼ਾਮਪਲ ਵਧੀਆ ਸੈੱਟ ਕਰਾਂ ਉਹਨਾਂ ਦੇ ਲਈ। ਅੱਛਾ, ਆਖਿਰ ਦੇ ਵਿੱਚ ਹੁਣ ਤਾਂ ਹਰ ਕੋਈ ਹੁਣ ਜਾਣਨ ਲੱਗ ਗਿਆ ਤੁਹਾਡੇ ਬਾਰੇ, ਸਭ ਨੇ ਗੂਗਲ ਕਰ ਕਰਕੇ ਬਹੁਤ ਪੜ੍ਹ ਲਿਆ ਹੋਣਾ, ਪਰ ਫਿਰ ਵੀ ਮੈਂ ਚਾਹੁੰਦਾ ਕਿ ਤੁਹਾਡੇ ਤੁਸੀਂ ਜਿਨ੍ਹਾਂ ਨੂੰ ਮੇਰੇ ਵਰਗੇ ਹਜੇ ਘੱਟ ਪਤਾ ਹੋਵੇ, ਇਹ ਸਰਪੰਚ ਪਹਿਲੀ ਵਾਰੀ ਕਿਵੇਂ ਸ਼ੁਰੂਆਤ ਹੋਈ, ਅਤੇ ਜਿਹੜਾ ਪ੍ਰਧਾਨ ਮੰਤਰੀ ਤੱਕ ਅਤੇ ਪੂਰੀ ਦੁਨੀਆ 'ਚ ਸਰਪੰਚ ਸਰਪੰਚ ਜਿਹੜੇ ਕਮੈਂਟੇਟਰ ਸੀਗੇ ਸਾਡੇ ਸੁਨੀਲ ਤਨੇਜਾ ਭਾਅ ਜੀ ਅਤੇ ਜੁਗਰਾਜ ਭਾਅ ਜੀ, ਇਹ ਸਾਨੂੰ ਵੀ ਮੈਨੂੰ ਵੀ ਵੈਸੇ ਟੂਰਨਾਮੈਂਟ ਤੋਂ ਬਾਅਦ ਹੀ ਪਤਾ ਲੱਗਾ ਜੀ, ਕਿਉਂਕਿ ਅਸੀਂ ਸੋਸ਼ਲ ਮੀਡੀਆ ਅਵਾਇਡ ਕਰ ਰਹੇ ਸੀਗੇ, ਯੂਜ਼ ਹੀ ਨਹੀਂ ਕਰ ਰਹੇ ਸੀਗੇ, ਅਤੇ ਇਹ ਇੱਧਰੋਂ ਨਾਮ ਆਇਆ ਜੀ, ਤੁਹਾਨੂੰ ਬਾਅਦ ਪਤਾ ਲੱਗਿਆ ਕਿ ਮੈਂ ਸਰਪੰਚ ਬਣ ਗਿਆ। ਬਸ ਜੀ, ਹਾਂਜੀ, ਥੈਂਕ ਯੂ ਜੀ। ਤਾਂ ਇਹ ਸਰਪੰਚ ਨੇ ਜੀ ਭਾਰਤੀ ਹਾਕੀ ਟੀਮ ਦੇ, ਕਹਿੰਦੇ ਨੇ ਕਿ ਹਾਕੀ ਨਹੀਂ ਸਰਪੰਚ ਬਣਾਇਆ ਪਰ ਹਾਕੀ ਦੇ ਵਿੱਚ ਮੈਡਲ ਲਿਆਂਦਾ, ਦੇਸ਼ ਦਾ ਨਾਮ ਚਮਕਾਇਆ ਔਰ ਅੱਜ ਮਾਣ ਸਨਮਾਨ ਹੋਇਆ ਭਾਰਤ ਦੇ ਹਾਕੀ ਟੀਮ ਦੇ ਕਪਤਾਨ ਇਸ ਸਰਪੰਚ ਦਾ, ਯਾਨੀ ਹਰਮਨਪ੍ਰੀਤ ਸਿੰਘ ਹੋਰਾਂ ਦਾ। ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਵਿਹਲਾ ਟਾਈਮ ਹੋਵੇ, ਹੁਣ ਤਾਂ ਚੈਂਪੀਅਨ ਟਰੋਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ, ਜਦੋਂ ਵੀ ਵਿਹਲਾ ਟਾਈਮ ਹੋਵੇ, ਕੋਈ ਚਾਰ ਦੇਸ਼ਾਂ ਦਾ ਮੋਹਾਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ, ਟੂਰਨਾਮੈਂਟ ਕਰਾਈਏ, ਜਿਵੇਂ ਇੰਡੀਆ, ਬੈਲਜੀਅਮ, ਸਪੇਨ, ਜਾਂ ਫਿਰ ਇੰਡੀਆ, ਸਪੇਨ, ਆਸਟ੍ਰੇਲੀਆ, ਨਿਊਜ਼ੀਲੈਂਡ, ਇੱਦਾਂ ਚਾਰ ਵਧੀਆ ਟੀਮਾਂ ਹੋਣ ਵਰਲਡ ਦੀਆਂ, ਅਤੇ ਉਹਦੀ ਲੀਗ ਇੱਕ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ, ਅਤੇ ਜਿਹੜੇ ਟੌਪ ਦੀਆਂ ਦੋ ਟੀਮਾਂ ਨੇ ਫਾਈਨਲ ਜਾਣਗੀਆਂ। ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਉਤਸ਼ਾਹ ਹੁੰਦਾ, ਹਰ ਰੋਜ਼ ਉੱਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ ਗਿਣਤੀ 'ਚ, ਅਤੇ ਲਾਈਵ ਟੀਵੀ 'ਤੇ ਚੱਲੂਗਾ, ਇੰਟਰਵਿਊਆਂ ਚੱਲਣਗੀਆਂ, ਤਾਂ ਬਹੁਤ ਵੱਡਾ ਹੁਲਾਰਾ ਇੱਕ ਗੇਮ ਨੂੰ ਮਿਲ ਜਾਂਦਾ। ਨੋਟ ਓਨਲੀ ਹਾਕੀ, ਬਾਕੀ ਟੀਮਾਂ ਵੀ, ਜਿਵੇਂ ਗੋਲੇ ਦੇ ਵਿੱਚ ਸਾਡੇ ਪਲੇਅਰ ਨੇ, ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ, ਹੈ ਨਾ, ਤੀਰਅੰਦਾਜ਼ੀ ਸਾਡੀਆਂ ਕੁੜੀਆਂ ਨੇ, ਹੈ ਨਾ, ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ, ਤਾਂ ਕੋਈ ਗੇਮ ਇਹੋ ਜਿਹੀ ਨਹੀਂ ਜਿਹੜੀ ਅਸੀਂ ਛੱਡੀਏ। ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ, ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ। ਸੁਨਾਮ ਦੇ ਇਲਾਕੇ 'ਚ ਬੋਕਸਿੰਗ ਹੈ, ਸੰਗਰੂਰ ਸੁਨਾਮ ਬੋਕਸਿੰਗ ਬਹੁਤ ਚੱਲੇ, ਉੱਥੇ ਬੋਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ। ਇਹਨਾਂ ਦਾ ਜਲੰਧਰ ਏਰੀਆ, ਮਿੱਠਾਪੁਰ, ਸੰਸਾਰਪੁਰ, ਕੈਂਟ ਏਰੀਆ, ਇਹ ਸਾਰਾ ਹਾਕੀ ਦਾ ਗੜ੍ਹ ਹੈ, ਹਾਕੀ ਦਾ, ਉੱਥੇ ਹਾਕੀ ਨਾਲ ਰਿਲੇਟਡ ਉਹ ਮਿਲਣ, ਹੈ ਨਾ। ਅਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਨੇ। ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਵੇਂ ਚੱਕਰ ਪਿੰਡ ਹੈ, ਉਹਨਾਂ ਨੇ ਆਪਣਾ ਇੱਕ ਕਲੱਬ ਬਣਾਇਆ ਹੋਇਆ, ਉੱਥੇ ਬਹੁਤ ਸਾਰੀਆਂ ਟ੍ਰੇਨਿੰਗਾਂ ਚੱਲਦੀਆਂ ਨੇ ਔਰ ਬੱਚੇ ਖੇਡਾਂ ਵਤਨ ਪੰਜਾਬ ਦੀਆਂ 28 ਤੋਂ ਫਿਰ ਸ਼ੁਰੂ ਹੋ ਜਾਣਗੀਆਂ, ਫਿਰ ਉਹਦੇ 'ਚੋਂ ਬਹੁਤ ਸਾਰੇ ਬੱਚੇ ਨਿਕਲ ਕੇ ਆਉਣਗੇ, ਸਕੂਲਾਂ ਤੋਂ, ਤਹਿਸੀਲਾਂ 'ਚੋਂ, ਜ਼ਿਲ੍ਹਿਆਂ 'ਚੋਂ, ਉਹ ਅੱਗੇ ਜਾਣਗੇ। ਸੋ ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੂਗੀ ਔਰ ਜਦੋਂ ਮਰਜ਼ੀ ਉਹਨਾਂ ਨੂੰ, ਇਹਨਾਂ ਨੂੰ ਨੌਕਰੀਆਂ ਵੀ, ਇਹਨਾਂ ਨੂੰ ਤਰੱਕੀਆਂ ਵੀ, ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲੀਆਂ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਕਿ ਹੁਣ ਮੈਨੂੰ ਕੀ ਮਿਲ ਜੂਗਾ, ਤਰੱਕੀਆਂ ਵੀ ਦੇਵਾਂਗੇ। ਮੈਨੂੰ ਅੱਜ ਗੱਲ ਕੀਤੀ ਹਰਮਨ ਨੇ ਮੇਰੇ ਨਾਲ, ਸੋ ਜਿੱਥੇ ਡਿਜ਼ਰਵ ਕਰਦੇ ਨੇ, ਨਾਲ ਇਹ ਵੀ ਹੈ ਹਜੇ ਖੇਡੀ ਜਾਓ, ਇਹ ਨਾ ਹੋਵੇ ਤੁਹਾਨੂੰ ਨਾਕਿਆਂ 'ਤੇ ਡਿਊਟੀ ਲੱਗੀ ਹੋਵੇ ਤੁਹਾਡੀ, ਹੈ ਨਾ, ਤੁਸੀਂ ਉੱਥੇ ਨਾਕਿਆਂ 'ਤੇ ਲੋਕਾਂ ਨੂੰ ਹੱਥ ਦਿੰਦੇ ਫਿਰਦੇ ਹੋ। ਜਿੰਨਾ ਚਿਰ ਹਾਕੀ ਖੇਡਣੀ ਹੈ ਪਹਿਲਾਂ ਖੇਡ ਲਓ, ਨੌਕਰੀ ਕਿਤੇ ਨਹੀਂ ਜਾਂਦੀ, ਜਿੰਨੀ ਸਮਝ ਲਓ ਜੇ ਖੇਡੀ ਜਾਂਦੇ ਹੋ ਤੁਹਾਡੀ ਸੀਨੀਓਰਟੀ ਜਿਹੜੀ ਹੈ ਉਹ ਇੱਧਰੋਂ ਪੁਲਿਸ ਵਾਲੀ ਵਧੀ ਜਾਊਗੀ, ਸਮਝ ਲਓ ਪੰਜਾਬ ਪੁਲਿਸ ਖੇਡਣ ਗਈ ਹੋਈ ਹੈ, ਚਾਰ ਨੇ ਨਾ ਪੰਜਾਬ ਪੁਲਿਸ ਵਾਲੇ,